ਉਸਮਾਨ ਗਨੀ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਹੱਥ ਬੰਨ ਦਿੱਤੇ, ਹੱਥ ਪਿੱਛੇ ਬੰਨ ਦਿੱਤੇ, ਬੰਨ ਕੇ ਆਖਿਆ ਛੱਡ ਕਲਮਾ। ਹੱਥ ਬੰਨ ਦਿੱਤੇ, ਹੱਥ ਬੰਨ ਕੇ ਆਖਿਆ ਛੱਡ ਕਲਮਾ, ਜਿਸ ਦੀਨ ਦੇ ਉੱਤੇ ਸਾਡੇ ਵੱਡੇ ਰਹੇ ਨੇ, ਜਿਸ ਦੀਨ ਦੇ ਉੱਤੇ ਸਾਡੇ ਅਕਾਬਰ ਰਹੇ ਨੇ, ਤੂੰ ਉਹ ਦੀਨ ਨੂੰ ਕਿਉਂ ਛੱਡਣਾ ਹੈ? ਉਸਮਾਨ ਗਨੀ ਕਹਿੰਦੇ ਨੇ ਇਹ ਤੁਹਾਡੀ ਫੁੱਲ ਏ, ਉਸਮਾਨ ਦੇ ਟੁਕੜੇ ਟੁਕੜੇ ਵੀ ਕਰਦੇ ਹੋ, ਉਸਮਾਨ ਦੇ ਜਿਸਮ ਦੇ ਵਿੱਚੋਂ ਇੱਕੋ ਹੀ ਆਵਾਜ਼ ਆਏਗੀ, ਲਾ ਇਲਾਹਾ ਇਲਾਹਾ। ਆਖਿਆ ਉਸਮਾਨ ਦੇ ਟੁਕੜੇ ਹੋ ਸਕਦੇ ਨੇ, ਉਸਮਾਨ ਕਲਮਾ ਨਹੀਂ ਛੱਡ ਸਕਦਾ। ਹਜ਼ਰਾਤ ਦੀ ਵਕਾਰ ਜ਼ੁਲਮ ਵੀ ਹੋਏ, ਸਿਤਮ ਵੀ ਹੋਏ, ਲੇਕਿਨ ਉਸਮਾਨ ਗਨੀ ਦੇ ਇਹ ਲਫ਼ਜ਼ ਸੁਣਨ ਤੋਂ ਬਾਅਦ ਚਾਚੇ ਨੇ ਆਖਿਆ ਪੂਰੀ ਤਰ੍ਹਾਂ ਇਸਲਾਮ ਵਿੱਚ ਦਾਖਿਲ ਹੋ ਚੁੱਕਿਆ ਹੈ। ਚਾਚੇ ਆਖਿਆ ਪੂਰੀ ਤਰ੍ਹਾਂ ਇਸਲਾਮ ਦੇ ਵਿੱਚ ਦਾਖਿਲ ਹੋ ਚੁੱਕਿਆ ਹੈ, ਹੁਣ ਇਹਨੇ ਕਿਸੇ ਦੀ ਮੰਨਣੀ ਕੋਈ ਨਹੀਂ, ਹੁਣ ਕਿਸੇ ਨੇ ਇਹਦੀ ਸੁਣਨੀ ਕੋਈ ਨਹੀਂ। ਹਜ਼ਰਤ ਉਸਮਾਨ ਗਨੀ ਨੇ ਆਖਿਆ ਚਾਚਾ ਜੀ, ਜਿਸਮ ਦੇ ਟੁਕੜੇ ਹੋ ਸਕਦੇ ਨੇ, ਲੇਕਿਨ ਜ਼ੁਬਾਨ ਦੇ ਉੱਤੋਂ ਕਲਮਾ ਹੱਕ ਖਤਮ ਨਹੀਂ ਹੋ ਸਕਦਾ। ਮੁਸਲਮਾਨੋ, ਪੈਗਾਮ ਤੇਰੇ ਤੇ ਮੇਰੇ ਵਾਸਤੇ ਵੇ, ਜਿਤਨੀ ਮਰਜ਼ੀ ਜ਼ੁਲਮ ਹੋ ਜਾਏ, ਜਿਤਨਾ ਮਰਜ਼ੀ ਔਖਾ ਵੇਲਾ ਆ ਜਾਏ, ਨਬੀ ਨਾਲ ਵਫਾ ਕਰਿਆ ਜੇ। ਨਬੀ ਕਦੀ ਵੀ ਕਿਸੇ ਦਾ ਰੱਖਦੇ ਨਹੀਂ, ਉਹ ਇੱਥੇ ਵੀ ਨਵਾਜ਼ਦੇ ਨੇ, ਉਹ ਅੱਗੇ ਵੀ ਨਵਾਜ਼ ਛੱਡਦੇ ਨੇ।